ਜਣੀਆਂ ਵਾਰਿਸ ਸ਼ਾਹ ਹੋਰਾਂ ਦੇ ਕਿੱਸੇ ਦਾ ਮੁੱਢਲਾ ਪਾਤਰ ਹਨ। ਇਸ ਕਿੱਸੇ ਵਿੱਚ ਉਹ ਥਾਂ ਥਾਂ ਆਉਂਦੀਆਂ ਹਨ ਅਤੇ ਆਪਣਾ ਉੱਦਮ ਅਤੇ ਜ਼ੋਰ ਵਿਖਾਉਂਦੀਆਂ ਹਨ। ਪਹਿਲਾਂ ਮਲ ਮਾਰ ਵਿਹਾਰ ਦੀਆਂ ਸ਼ਰੀਖਣੀਆਂ ਦਾ ਟੋਲਾ ਆਉਂਦਾ ਹੈ, ਭਾਬੀਆਂ ਦਾ ਡਾਡਾ ਮਾਰੂ ਰੂਪ ਧਾਰ ਕੇ। ਵਾਰਸ ਸ਼ਾਹ ਅਕਲੜੇ ਕੇ ਕਰਨਾ, ਤੁਸੀਂ ਸੱਤ ਇਕੱਠੀਆਂ ਵਗਦੀਆਂ ਹੋ। ਮੁੜ ਅਸੀਂ ਇਸ ਦਾ ਉਲਟਾ ਵੇਖਦੇ ਹਾਂ, ਲੁੱਡਣ ਮਲਾ ਦੀਆਂ ਬਾਗੀ ਰੰਨਾਂ ਦੀ ਆਸ਼ਕੀ ਦੇ ਰੂਪ। ਚਾਲ ਮੋਢਿਆਂ 'ਤੇ ਤੈਨੂੰ ਅਸੀਂ ਠੇਲਾਂ, ਕੋਈ ਜਾਣ ਤੂੰ ਢਿੱਲ ਨਾ ਸੱਜਣਾ ਵੋ। ਕੋਈ ਰਾਂਝੇ ਨਾਲ ਲੜਦੀਆਂ ਅਤੇ ਕੋਈ ਉਸ 'ਤੇ ਮਰਦੀਆਂ। ਫਿਰ ਸਾਨੂੰ ਹੀਰ ਦਾ ਆਤਨ ਦਿਸਦਾ ਹੈ, ਉਸਦਾ ਗੁਮਾਨ ਰੂਪ। ਜਿਸਲੇ ਹੀਰ ਖਫਾ ਖੂਨ ਰਾਂਝੇ ਉੱਪਰ ਥਾਉਂਦੀ ਏ, ਨਾਲ ਇੱਕ ਫੌਜ 'ਤੇ 7 ਤੋਂ 60 ਹੋਈ ਕੇ ਲੈ ਕੇ 60 ਸਹੇਲੀਆਂ ਨਾਲ ਆਈ ਹੀਰ ਮਤੜੀ ਰੂਪ ਗੁਮਾਨ ਦੀ ਜੀ। ਹੁਣ ਅੱਗੇ ਵੀ ਅਸੀਂ ਵੇਖਣਾ ਹੈ ਆਤਨਾ ਤਰਿੰਜਣਾ ਨੂੰ ਅਤੇ ਜਣੀਆਂ ਦੀਆਂ ਕਈਆਂ ਰੰਗਾਂ ਦੀਆਂ ਢਾਣੀਆਂ ਹੋਰ। ਵਾਰਸ ਸ਼ਾਹ ਦੀਆਂ ਜਣੀਆਂ ਹਮੇਸ਼ ਇੱਕ ਸਾਂਝ ਰੰਗ ਅੰਦਰ ਦਿਸਦੀਆਂ ਹਨ। ਵਾਰਸ ਸ਼ਾਹ ਦੀ ਨਾਰ ਸਾਂਝ ਜਿਵੇਂ ਕੋਈ ਹੋਰਵੀਂ ਸੁਰਤਾ ਹੀ, ਕੋਈ ਨਵੇਕਲੀ ਸਕਤ, ਨਵੇਕਲੀ ਵੀ ਅਤੇ ਅੱਤ ਪੁਰਾਣੀ ਵੀ, ਉਹ ਜਿਹੜੀ ਹੁਣ ਓਹਲੇ ਹੋ ਗਈ ਏ। ਹੀਰ ਦਾ ਆਤਨ ਹੈ ਤਾਂ ਮਾਲਕੀ ਵਿਹਾਰ ਦੇ ਅੰਦਰ, ਪਰ ਇਸ ਤੋਂ ਅਸਲੋਂ ਵੱਖਰਾ, ਜਣਿਆਂ ਦੀ ਬਹਿਸ਼ਤ ਦੇ ਅੰਦਰ, ਪਰ ਉਹਨਾਂ ਦੇ ਸੁਣਨੋਂ ਵੇਖਣੋਂ ਬਾਹਰਾ। ਹੁਣ ਤੁਸੀਂ ਇੱਕ ਹੋਰ ਢਾਣੀ ਵੇਖੋਗੇ ਮੱਝੀ ਦੀ। ਇਸ ਕਿੱਸੇ ਦੀਆਂ ਮੱਝੀ ਇਹ ਵੀ ਜਿਵੇਂ ਕੋਈ ਧੜਾਂ ਨੇ, ਚੁੱਪ ਚੁਪੀਤੀਆਂ, ਬੇਜ਼ਬਾਨ, ਪਰ ਚੁੱਪ ਚੁਪੀਤੀਆਂ ਵੀ ਇਹ ਰਾਂਝੇ ਦੇ ਹੱਕ ਵਿੱਚ ਬੋਲਦੀਆਂ ਹਨ। ਬਾਹਰ ਦੀ ਪਸ਼ੂ ਪਾਲ ਰਾਠਾਚਾਰੀ, ਇਸ ਦੀ ਮਾਲਕ ਜਟਾਲੀ ਅਤੇ ਉਸ ਦੀ ਸਾਰੀ ਸ਼ਾਨ ਧਨ ਮਾਲ ਮੱਛੀ ਹਨ, ਜਿਨ੍ਹਾਂ ਦੀ ਉਪਜ ਦੁੱਧ, ਦਹੀਂ, ਘਿਓ, ਮੱਖਣ ਸਿਰ ਬਣਦਾ ਹੈ ਬੰਦੇ ਦਾ ਜੀਓ ਜਾਮਾ। ਪਸ਼ੂ ਪਾਲ ਵਸੋਂ ਪਸ਼ੂ ਤਾਂ ਪਾਲਦੀ ਏ ਜੇ ਪਸ਼ੂਆਂ ਇਸ ਵਸੋਂ ਨੂੰ ਪਾਲਿਆ, ਪਰ ਇਹ ਬੇਜ਼ਬਾਨ ਹੈ ਨਰ ਮਲਵਾਨਾਂ ਦੀ ਮਾਲਕੀ ਹੇਠ ਹੀ। ਮੱਛੀ ਖੁੱਲ੍ਹੇ ਪਾਣੀਆਂ ਦੀਆਂ ਜਾਈਆਂ ਹਨ, ਖੁੱਲ੍ਹਾ ਪਾਣੀ ਤੰਗਦੀਆਂ ਹਨ। ਰਾਂਝਾ ਚਾਕ ਬਣਦਾ ਏ ਅਤੇ ਸੋਟੇ ਨਾਲ ਨਹੀਂ, ਵੰਛਲੀ ਨਾਲ ਮਈ ਚਾਰਦਾ ਏ। ਅਤੇ ਮੱਛੀ ਰਾਂਝੇ ਦੀਆਂ ਹੋ ਜਾਂਦੀਆਂ ਹਨ। ਲਓ ਵੇਖੋ ਹੀਰ ਕਿਵੇਂ ਰਾਂਝੇ ਨੂੰ ਮਾਰ ਚੂਚਕ ਕੋਲ ਲਿਜਾਂਦੀ ਏ ਅਤੇ ਉਹਨੂੰ ਮੰਗੂ ਦਿਵਾਉਂਦੀ ਏ। ਸੁਘੜ ਚਤਰ ਅਤੇ ਅਕਲ ਦਾ ਕੋਟ ਨੱਢਾ, ਮੱਛੀ ਬਹੁ ਸੰਭਾਲ ਕੇ ਚਾਰਦਾ ਏ। ਮਾਲ ਆਪਣਾ ਜਾਣ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਿਗਾੜਦਾ ਏ। ਹਿੱਕੇ ਨਾਲ ਪਿਆਰ ਦੇ ਹੋਕ ਦੇ ਕੇ ਸੋਟਾ ਸਿੰਘ 'ਤੇ ਮੂਲ ਨਾ ਮਾਰਦਾ ਏ। ਵੱਸੇ ਨੂਰ ਅੱਲਾਹ ਦਾ ਮੁਖੜੇ 'ਤੇ, ਮੂੰਹੋਂ ਰੱਬ ਹੀ ਰੱਬ ਚਿਤਾਰਦਾ ਏ। ਚਾਕੀ ਸਿਰ ਖਲਾ ਏ ਰਾਠਾਂ ਦਾ ਨਿਜ਼ਾਮ ਸਾਰਾ, ਸੁਖੜ ਚਾਕ ਵੇਖ ਕੇ
मुनाफा ही मुनाफा दिसया है चूचक नू। मूल दी राखी भी लाहे दा पक भी। चंगा साख लभना सौखा है चूचक नू, चंगा चाक लभना औखा है। सुंजे रुलदे मंगू चूचक दा नित दा थड़का है। ती साऊ चाक केरिया है चूचक खिड़ पैंदा है। हीर हाथ मौका लगदा है ओ उसते कितने ही गुण होर गिनवा छोड़ दिए। लाई होए के मामले दस देंदा मुनसिफ हो वड्डे पाए फेड़ियां दे। वाओ घत के कई दे पार लाए सत्थों कट देंदा खोज छेड़ियां दे। धार धार दी मोर दुआउंदा है हंड पाउंदा है विच बखेड़ियां दे। सब्बा रई रुन्नी नू सांभ लियावे अखीं विच रखे वांग हेड़ियां दे। सियां जवाना दा भला है चाक रांझा जत्थे नित पौंदे लख बेड़ियां दे।